ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੋਰ ਸੁਣਾਓ ਜੀ, ਠੀਕ ਠਾਕ ਸਾਰੇ? ਅਤੇ ਅੱਜ ਇੱਕ ਤੁਹਾਡੇ ਨਾਲ ਗੱਲ ਕਰਨੀ ਆ ਵੀ ਜਿੱਦਾਂ ਆਪਾਂ ਦੋ ਦਿਨ ਆਪਣੀ ਵੀਡੀਓ ਨਹੀਂ ਆਈ, ਉਹਦਾ ਕਾਰਨ ਇਹ ਕਿ ਸਾਡੀ ਨਾ ਬੇਟੀ ਨੂੰ ਠੰਡ ਲੱਗ ਗਈ ਜ਼ਿਆਦਾ, ਬਿਮਾਰ ਸੀ ਅਤੇ ਵੀਡੀਓ ਫਿਰ ਸ਼ੂਟ ਨਹੀਂ ਹੋ ਸਕੀ। ਆਪਾਂ ਉਹਨੂੰ ਲਿਆ ਕੇ ਫਿਰਦੇ ਰਹੇ ਹਸਪਤਾਲਾਂ 'ਚ, ਹੈ ਨਾ। ਅਤੇ ਚਲੋ ਉੱਪਰ ਵਾਲੇ ਦੀ ਕਿਰਪਾ ਹੋ ਗਈ ਵੀ ਉਹ ਠੀਕ ਆ ਹੁਣ। ਅਤੇ ਅੱਜ ਫਿਰ ਆਪਾਂ ਵੀਡੀਓ ਸ਼ੂਟ ਕਰਨੀ ਸੀ, ਅਤੇ ਜਿੱਦਾਂ ਆਪਣੇ ਕੋਲ ਇਹ ਵੀ ਆ ਗਏ, ਆਪਣੇ ਪਰਮ ਹੋਣੀ ਵੀ ਅਤੇ ਪਿੰਦਰ ਹੋਣੀ ਵੀ ਆਏ ਸੀ, ਅਤੇ ਮਨਜਿੰਦਰ ਭਾਅ ਜੀ ਹੋਣੀ ਅਤੇ ਪ੍ਰਭ ਭੈਣ ਜੀ, ਫਿਰ ਉਹ ਆ ਨਹੀਂ ਸਕੇ। ਅਤੇ ਉਹ ਪ੍ਰਭ ਭੈਣ ਜੀ ਜਿਹੜਾ ਹਸਬੈਂਡ ਆ ਨਾ, ਉਹ ਉਹਨਾਂ ਦੀ ਸਿਹਤ ਹੋ ਗਈ ਖਰਾਬ, ਅਤੇ ਇਸ ਕਰਕੇ ਉਹਨਾਂ ਨੇ ਵੀ ਉਹਨਾਂ ਨੂੰ ਹੋਸਪਿਟਲ ਐਡਮਿਟ ਕਰਾਇਆ ਵਾ। ਅਤੇ ਇਸ ਕਰਕੇ ਫਿਰ ਇਹ ਆ ਵੀ ਜਿਹੜੀਆਂ ਅਸੀਂ ਵੀਡੀਓ ਪਹਿਲਾਂ ਬਣਾ ਰਹੇ ਹਾਂ, ਹੈ ਨਾ, ਲੜੀਵਾਰ ਜਿੱਦਾਂ ਤੁਹਾਨੂੰ ਪਤਾ ਹੀ ਆ, ਖੋਟਾ ਸਿੱਕਾ ਵਾ ਜਾਂ ਦੂਜੀ ਕੀ ਉਹਦਾ ਨਾਂ ਸੀ, ਭੈਣਾਂ ਦਾ ਲਾਲਚ, ਹੈ ਨਾ। ਅਤੇ ਉਹ ਵੀਡੀਓ ਫਿਰ ਤਾਂ ਹੀ ਬਣਨੀ ਆ ਜੇ ਸਾਰੀ ਟੀਮ ਇਕੱਠੀ ਹੋਊਗੀ। ਅਤੇ ਉਹਦੀ ਜਗ੍ਹਾ 'ਤੇ ਆਪਾਂ ਹੁਣ ਫਿਰ ਕੀ ਕੀਤਾ ਵੀ ਆਪਾਂ ਇਹਨਾਂ ਦੋਵਾਂ ਧਿਰਾਂ ਨੂੰ ਨਾਲ ਲੈ ਕੇ, ਅਤੇ ਆਪਾਂ ਸਿੰਗਲ ਸਿੰਗਲ ਵੀਡੀਓ ਕੋਈ ਦੋ ਤਿੰਨ ਬਣਾਵਾਂਗੇ। ਅਤੇ ਜਿਹਦੇ ਵਿੱਚ ਇੱਕ ਆਪਾਂ ਜੀ ਕਮੇਡੀ ਵੀਡੀਓ ਬਣਾਈ ਆ, ਹੈ ਨਾ, ਅਸੀਂ ਆਪਣੇ ਵੱਲੋਂ ਚਲੋ ਵਧੀਆ ਕੀਤਾ। ਅਤੇ ਤੁਸੀਂ ਵੇਖ ਕੇ ਦੱਸਿਓ ਵੀ ਉਹ ਕਿੱਦਾਂ ਦੀ ਲੱਗੀ ਆ। ਅਤੇ ਤੁਸੀਂ ਉਹ ਦੋ ਤਿੰਨ ਦਿਨ ਤੁਹਾਨੂੰ ਸਿੰਗਲ ਵੀਡੀਓ ਵੇਖਣੀਆਂ ਪੈਣੀਆਂ, ਅਤੇ ਉਹ ਤੋਂ ਬਾਅਦ 'ਚ ਫਿਰ ਜਿੱਦਾਂ ਹੀ ਉਹ ਫਰੀ ਹੁੰਦੇ ਆ ਉੱਧਰੋਂ, ਤੁਹਾਡੇ ਭਾਅ ਜੀ ਹੁਣ ਠੀਕ ਹੁੰਦੇ ਆ, ਅਤੇ ਫਿਰ ਆਪਾਂ ਇਕੱਠਿਆਂ ਸ਼ੂਟ ਕਰਾਂਗੇ, ਅਤੇ ਫਿਰ ਉਹ ਲੜੀਵਾਰ ਜਿਹੜੀਆਂ ਵੀਡੀਓ ਫਿਰ ਅੱਗੇ ਇੱਦਾਂ ਤੋਰਾਂਗੇ, ਠੀਕ ਹੈ ਨਾ। ਹਾਂਜੀ, ਅਤੇ ਅੱਜ ਆਪਾਂ ਟ੍ਰੇਲਰ ਵੀ ਪਾਵਾਂਗੇ ਇਸ ਵੀਡੀਓ ਦਾ, ਅਤੇ ਉਹ ਨਾਲੇ ਜਿਹੜੀ ਅੱਜ ਆਪਾਂ ਬਣਾਈ ਆ ਕਮੇਡੀ ਵੀਡੀਓ ਆ, ਅਤੇ ਉਹ ਵੇਖਿਓ ਨਾਲੇ ਕਿੱਦਾਂ ਦੀ ਲੱਗੀ ਆ, ਹੈ ਨਾ। ਅਤੇ ਬਾਕੀ ਆ ਵੀ ਚਲੋ ਠੰਡ ਵੀ ਬੜੀ ਆ, ਅਤੇ ਠੰਡ ਤੋਂ ਤੁਸੀਂ ਵੀ ਬੱਚਿਆਂ ਨੂੰ ਬਚਾ ਕੇ ਰੱਖੋ, ਅਤੇ ਠੰਡ ਕਰਕੇ ਜਿਹੜੀਆਂ ਸਾਡੀਆਂ ਵੀਡੀਓ ਪਿੱਛੇ ਜਿਹੜੀਆਂ ਹੁਣ ਨਹੀਂ ਆ ਸਕੀਆਂ ਦੋ ਦਿਨ, ਵੀ ਸ਼ੂਟ ਨਹੀਂ ਹੋ ਸਕਿਆ, ਅਤੇ ਅੱਜ ਕਰਨੀ ਸੀ, ਤਾਂ ਅੱਜ ਫਿਰ ਉਹ ਭਾਅ ਜੀ ਹੋਣਾਂ ਨੇ ਥੋੜ੍ਹੀ ਪ੍ਰੋਬਲਮ ਹੋ ਗਈ, ਇਸ ਕਰਕੇ ਉਹ ਫਿਰ ਆ ਨਹੀਂ ਸਕੇ। ਅਤੇ ਬਾਕੀ ਆਉਣਗੇ ਜਿੱਦਾਂ ਭਾਅ ਜੀ ਹੋਣੀ ਸਾਰੇ ਇਕੱਠੇ ਹੋਵਾਂਗੇ ਟੀਮ ਸਾਰੀ, ਅਤੇ ਫਿਰ ਅੱਗੋਂ ਸ਼ੁਰੂ ਕਰਾਂਗੇ ਲੜੀਵਾਰ ਵੀਡੀਓ, ਹੈ ਨਾ। ਅਤੇ ਹੁਣ ਅੱਜ ਇੱਕ ਟ੍ਰੇਲਰ ਪਾ ਦਿੰਦੇ ਹਾਂ ਆਪਾਂ, ਅਤੇ ਤੁਸੀਂ ਥੋੜ੍ਹਾ ਜਿਹਾ ਵੇਖਿਓ ਅਤੇ ਨਾਲੇ ਦੱਸਿਓ, ਅਤੇ ਨਾਲੇ ਥੋੜ੍ਹਾ ਤੁਹਾਡਾ ਟੇਸਟ ਵੀ ਚੇਂਜ ਹੋ ਜੂਗਾ, ਵੀ ਜਿੱਦਾਂ ਅੱਗੇ ਅਸੀਂ ਲੜੀਵਾਰ ਹੀ ਬਣਾਉਂਦੇ ਸਾਰੀਆਂ, ਹੈ ਨਾ, ਬਿਲਕੁਲ ਰੂਟੀਨ ਵਾਈਜ਼ ਹੀ ਚੱਲਦਾ। ਅਤੇ ਹੁਣ ਇਹ ਥੋੜ੍ਹਾ ਜਿਹਾ ਨਾਲੇ ਅਤੇ ਚਲੋ ਫਣੀ ਜੀ ਹੋ ਗਈ, ਫਣੀ ਜੀ ਆ, ਅਤੇ ਥੋੜ੍ਹਾ ਟੇਸਟ ਚੇਂਜ ਹੋ ਜੂਗਾ। ਅਤੇ ਬਾਕੀ ਚਲੋ ਇਹ ਕੁਦਰਤੀ ਆ, ਸਾਡਾ ਕੋਈ ਪਹਿਲਾਂ ਪ੍ਰੋਗਰਾਮ ਤਾਂ ਨਹੀਂ ਇਹ ਬਣਾਉਣ ਦਾ, ਪਰ ਸਾਨੂੰ ਬਣਾਉਣੀ ਪਈ ਵੀ ਚਲੋ ਜਿੱਦਾਂ ਦੋ ਦਿਨ ਪਹਿਲਾਂ ਵੀ ਨਹੀਂ ਪਈਆਂ, ਅਤੇ ਜੇ ਅੱਜ ਨਹੀਂ ਬਣਾਉਂਦੇ ਤਾਂ ਫਿਰ ਹੋ ਸਕਦਾ ਦੋ ਤਿੰਨ ਦਿਨ ਹੋਰ ਇੱਦਾਂ ਵੀ ਸਕਿੱਪ ਰਹਿਣ, ਉਹਦੀ ਜਗ੍ਹਾ ਅਸੀਂ ਕਿਹਾ ਚਲੋ ਇਹ ਪਾ ਦਿੰਦੇ ਹਾਂ ਕੋਈ ਦੋ ਤਿੰਨ ਵੀਡੀਓ ਬਣਾ ਕੇ। ਅਤੇ ਠੀਕ ਆ ਜੀ, ਸਤਿ ਸ਼੍ਰੀ ਅਕਾਲ ਸਾਰਿਆਂ, ਸਤਿ ਸ਼੍ਰੀ ਅਕਾਲ ਸਾਰਿਆਂ।